ਕਿਹੜੀ ਦੁਕਾਨ ਆਪਣੀ? ਮੇਰੀ ਦੁਕਾਨ ਇੱਥੇ ਵੈਸਟਰਨ ਯੂਨੀਅਨ ਨਾਲ ਆਧਾਰ ਕਾਰਡ ਪੈਨ ਕਾਰਡ ਸੇਵਾ ਕੇਂਦਰ ਆ ਮੇਰੇ ਕੋਲ, ਠੀਕ ਹੈ ਜੀ, ਤੇ ਹੋਰ ਮੇਰੇ ਕੋਲ ਨਾਲ ਮੋਬਾਈਲ ਦੀ ਅਸੈਸਰੀ ਵਗੈਰਾ। ਸਰ ਕਿੱਥੇ ਹੈ ਦੁਕਾਨ ਆਪਣੀ? ਇਹ ਹੈਗੀ ਰਹਾਣਾ ਜੱਟਾਂ ਜੀ, ਬਿਲਕੁਲ ਮੇਨ ਅੱਡੇ ਦੇ ਵਿੱਚ ਹੈਗੀ, ਕੋਆਪਰੇਟਿਵ ਬੈਂਕ ਦੇ ਆਪੋਜ਼ਿਟ ਕੋਆਪਰੇਟਿਵ ਬੈਂਕ ਆ। ਹਾਂਜੀ ਸਰ, ਹਾਂਜੀ, ਤੇ ਇੱਥੇ ਰਾਤੀ ਚੋਰੀ ਹੋਈ ਹੈ ਜੀ, ਤੇ ਅਰਾਊਂਡ ਅਬਾਊਟ 2.5 ਤੋਂ 3 ਲੱਖ ਦਾ ਨੁਕਸਾਨ ਹੋ ਗਿਆ, ਠੀਕ ਹੈ ਜੀ। ਵਿੱਚ ਇਨਵਰਟਰ, ਬੈਟਰਾ, 2 ਪ੍ਰਿੰਟਰ, 2 ਮੇਰੀਆਂ ਮੇਨ ਸਕਰੀਨਾਂ, ਡੈਸਕਟੋਪ, ਉਸ ਤੋਂ ਬਾਅਦ 40 ਤੋਂ 50 ਮੋਬਾਈਲ ਹੈਗੇ ਆ, ਠੀਕ ਹੈ ਜੀ। ਵਿੱਚ ਸੈਕਿੰਡ ਹੈਂਡ ਕੁਛ ਮੋਬਾਈਲ ਸੀਗੇ, ਠੀਕ ਹੈ ਜੀ। ਉਸ ਤੋਂ ਬਾਅਦ ਅਸੈਸਰੀ ਵਗੈਰਾ, ਤੇ ਗੱਲੇ ਦੇ ਵਿੱਚ ਕੈਸ਼ ਸੀਗਾ 3-4 ਹਜ਼ਾਰ ਰੁਪਇਆ, ਵਿੱਚ ਕ੍ਰੈਡਿਟ ਕਾਰਡ ਸੀਗੇ ਮੇਰੇ 7-8, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀਆਂ ਮਤਲਬ ਫਰੰਟ ਤੇ ਚੀਜ਼ਾਂ ਪਈਆਂ ਸੀ, ਕੁਛ ਇੱਥੇ ਅਸੈਸਰੀ ਸੀਗੀ ਜਿਹੜੀਆਂ ਸੀਗੀਆਂ, ਉਹ ਲੈ ਗਏ ਆ, ਤੇ ਮਤਲਬ ਕੁਛ ਹਿਡਨ ਚੀਜ਼ਾਂ ਪਈਆਂ ਸੀ ਨੀਚੇ ਡਰਾਅ ਦੇ ਵਿੱਚ, ਉਹ ਰਹਿ ਗਈਆਂ। ਬਾਕੀ ਤਕਰੀਬਨ ਇੱਕ ਇਨਵਰਟਰ ਬੈਟਰਾ ਸੀਗਾ ਮੇਨ, ਮਤਲਬ ਕਾਫੀ ਟਾਈਮ ਰੋਕ ਕੇ ਚੋਰੀ ਕੀਤੀ ਗਈ ਆ, ਨਾ ਕਿ 2-4 ਮਿੰਟ ਦੀ। ਆਪਾਂ ਨੂੰ ਕਿੱਦਾਂ ਦਲਾਹ ਮਿਲੀ ਹੈਗੀ? ਕਿਉਂਕਿ ਮੈਂ ਅਸੀਂ ਸਵੇਰੇ ਸੁੱਤੇ ਪਏ ਸੀਗੇ ਜਦੋਂ ਮੈਨੂੰ 5:30 ਵਜੇ ਫੋਨ ਗਿਆ, ਸਾਡੇ ਗੁਆਂਢ ਦੇ ਵਿੱਚ ਹੀ ਸਾਡੇ ਰਿਸ਼ਤੇਦਾਰ ਆ, ਉਹਨਾਂ ਨੇ ਉੱਥੇ ਗੁਰਦੁਆਰਾ ਸਾਹਿਬ ਆਏ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਅੱਜ ਸਵੇਰੇ ਦੁਕਾਨ ਖੋਲੀ ਹੋਈ ਹੈ। ਮੈਂ ਕਿਹਾ ਨਹੀਂ, ਤੇ ਕਹਿੰਦੇ ਵੀ ਤੁਹਾਡਾ ਸ਼ਟਰ ਉੱਪਰ ਨੂੰ ਚੱਕਿਆ ਹੋਇਆ ਵੀ ਅੰਦਰਲਾ ਵੀ ਅੰਦਰ ਪੱਖਾ ਵਗੈਰਾ ਚੱਲਦਾ ਪਿਆ ਵੀ ਅਸੀਂ ਮਾੜਾ ਦੇਖ ਕੇ ਆਏ ਹਾਂ। ਤੇ ਉਹ ਤੋਂ ਬਾਅਦ ਫਿਰ ਮੈਂ ਉਸੇ ਵੇਲੇ ਯਕਦਮ ਮੋਟਰਸਾਈਕਲ ਲੈ ਕੇ ਇੱਥੇ ਪਹੁੰਚਿਆ ਤੇ ਆ ਕੇ ਦੇਖਿਆ ਤੇ ਮਤਲਬ ਵੀ ਲੌਕ ਤੋੜੇ ਹੋਏ ਆ ਦੋਨੇ, ਤੇ ਉਸ ਤੋਂ ਬਾਅਦ ਅੰਦਰ ਆ ਕੇ ਦੇਖਿਆ ਤੇ ਸਾਰਾ ਸਮਾਨ। ਸਰ ਕੋਈ ਸੀਸੀਟੀਵੀ ਕੈਮਰੇ ਬੰਦਾ ਆਇਆ ਕੋਈ? ਨਹੀਂ, ਸੀਸੀਟੀਵੀ ਸਾਹਮਣੇ ਫਰੰਟ ਤੇ ਇੱਕ ਕੈਮਰਾ ਹੈਗਾ ਦੁਕਾਨ ਤੇ ਸਾਹਮਣੇ, ਉਹ ਦੇਖਦੇ ਪਏ ਆ, ਪੁਲਿਸ ਵਾਲੇ ਆਏ ਹੋਏ ਆ, ਉਹ ਦੇਖ ਰਹੇ ਆ। ਬਾਕੀ ਇੱਕ ਬੈਂਕ ਦੇ ਮੂਹਰੇ ਕੈਮਰਾ ਲੱਗਾ ਹੋਇਆ, ਉਹਨੂੰ ਵੀ ਡਾਊਨ ਕੀਤਾ ਹੋਇਆ। ਇੱਦਾਂ ਨਾਲ ਹੀ ਹੈਪੀ ਇੰਟਰਪ੍ਰਾਈਜ਼ ਆ, ਉੱਥੇ ਕੈਮਰਾ ਲੱਗਾ ਹੋਇਆ, ਉਹਨੂੰ ਵੀ ਡਾਊਨ ਕੀਤਾ ਗਿਆ, ਠੀਕ ਹੈ ਜੀ। ਉਸ ਤੋਂ ਬਾਅਦ ਇਹ ਚੋਰੀ ਕੀਤੀ ਗਈ। ਸਾਰੇ ਪੁਲਿਸ ਕੰਪਲੇਂਟ ਕੀਤੀ ਤੁਸੀਂ ਇਸ ਮਾਮਲੇ ਲੈ? ਹਾਂਜੀ ਹਾਂਜੀ, ਮੈਂ ਮੌਕੇ ਤੇ ਆ ਕੇ 100 ਨੰਬਰ ਤੇ ਕਾਲ ਕਰਕੇ ਤੇ ਪੁਲਿਸ ਨੂੰ ਸੱਦਿਆ ਤੇ ਪੁਲਿਸ ਆਈ ਹੈ ਮੌਕੇ? ਹਾਂਜੀ, ਮੌਕੇ ਤੇ ਪੁਲਿਸ ਪਹੁੰਚੀ ਹੋਈ ਆ, ਤੇ ਉਹਨਾਂ ਨੇ ਲਿਖਿਆ ਹੈਗਾ ਕੀ ਇੱਥੋਂ ਮਤਲਬ ਵੀ ਚੋਰੀ ਹੋਇਆ। ਟੋਟਲ ਅਮਾਊਂਟ ਕਿੰਨੀ ਕੁ ਆਪਣਾ ਲਗਭਗ ਨੁਕਸਾਨ ਕਰ ਗਿਆ? ਮੇਰੇ ਹਿਸਾਬ ਨਾਲ ਮੋਟਾ ਮੋਟਾ 2.5 ਤੋਂ 3 ਲੱਖ ਰੁਪਏ ਦਾ ਨੁਕਸਾਨ ਹੈਗਾ ਜੀ। ਤੇ ਕੀ ਪ੍ਰਸ਼ਾਸਨ ਕੋਲ ਮੰਗ ਰਹੇ ਆਪਾਂ? ਪ੍ਰਸ਼ਾਸਨ ਤੋਂ ਮੰਗ ਇਹੀ ਆ ਜੀ, ਪਿਛਲੇ ਮੇਰੇ ਹਿਸਾਬ ਨਾਲ ਮਹੀਨੇ ਡੇਢ ਮਹੀਨੇ ਦੇ ਵਿੱਚ 5 ਤੋਂ 7 ਚੋਰੀਆਂ ਮੇਨ ਅੱਡੇ ਦੇ ਵਿੱਚ ਹੋ ਚੁੱਕੀਆਂ। ਇੱਥੇ ਨਾਲ ਹੀ ਥੋੜੇ ਦਿਨ ਪਹਿਲਾਂ ਗੱਡੀ ਦੇ ਟਾਇਰ ਲਾਏ ਗਏ ਆ, 3-4 ਦੁਕਾਨਾਂ ਪਹਿਲਾਂ ਲੁੱਟੀਆਂ ਗਈਆਂ ਸ਼ਟਰ ਚੱਕ ਕੇ, ਉਸ ਤੋਂ ਬਾਅਦ ਵੀ ਅੱਜ ਸਾਡੀ ਦੁਕਾਨ ਹੋਈ ਆ, ਕੱਲ੍ਹ ਹੋ ਸਕਦਾ ਕਿਸੇ ਹੋਰ ਦੀ ਵਾਰੀ ਹੋਵੇ। ਇਸ ਤੋਂ ਪਹਿਲਾਂ ਕਿ ਪ੍ਰਸ਼ਾਸਨ ਇਸ ਤੇ ਐਕਸ਼ਨ ਲਵੇ ਕਿ ਜ਼ਿਆਦਾ ਤੋਂ ਜ਼ਿਆਦਾ ਕਿਸੇ ਦਾ ਨੁਕਸਾਨ ਨਾ ਹੋ ਸਕੇ। ਸਰ ਆਪਾਂ ਕਿੱਥੇ ਦੇ ਰਹਿਣ ਵਾਲੇ ਆ? ਮੇਰਾ ਪਿੰਡ ਰਹਾਣਾ ਜੱਟਾ ਹੀ ਆ ਜੀ, ਇੱਥੇ ਹੀ ਰਹਿਣ ਵਾਲਾ ਮੈਂ, ਰਹਾਣਾ ਜੱਟਾ। ਤੁਹਾਡੇ ਫਾਦਰ ਦਾ ਨਾਮ ਵਗੈਰਾ ਹੈ ਕੁਛ? ਮੇਰਾ ਫਾਦਰ ਨੇਮ ਹਰਮੇਸ਼ ਲਾਲ ਆ ਜੀ, ਤੇ ਰਹਾਣਾ ਜੱਟਾ ਦੇ ਅਸੀਂ ਵਸਨੀਕ ਆ। ਹਾਂਜੀ ਸਰ, ਕੀ ਮਾਮਲਾ ਕੀ ਜਿਹੜਾ ਜਿਹੜੇ ਰਹਾਣਾ ਜੱਟਾ ਪਹੁੰਚੇ? ਇਸ ਸੁਰਿੰਦਰ ਕੁਮਾਰ ਨਾਲ ਸਾਡੇ ਐਸਓ ਸਾਹਿਬ ਤੇ ਆਏ ਆ, ਇਹ ਹਰਿਆਣਾ ਇੰਟਰਪ੍ਰਾਈਜ਼ ਹੈਗੀ ਆ ਸ਼ੌਪ ਇਹਨਾਂ ਦੀ। ਇੱਥੇ ਰਾਤ ਕੋਈ 24-25 ਦਰਮਿਆਨੀ ਰਾਤ ਨੂੰ ਚੋਰੀ ਹੋਈ ਆ, ਸਾਨੂੰ ਸਲਾਹ ਮਿਲੀ, ਤੁਰੰਤ ਮੌਕੇ ਤੇ ਪਹੁੰਚ ਗਏ ਆ, ਜਦੋਂ ਬਿਆਨ ਦੇਣਗੇ ਉਹਨਾਂ ਦੇ ਚੋਰਾਂ ਖਿਲਾਫ ਕਾਰਵਾਈ ਕੀਤੀ ਜਾਊ। ਕੋਈ ਸਰ ਸੀਸੀਟੀਵੀ ਕੈਮਰੇ 'ਚ ਬੰਦੇ ਆਏ ਹੋਣ ਜਾਂ ਕੋਈ ਭਾਲ ਕੀਤੀ ਜੀ? ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਸੀ ਹਜੇ, ਜੇ ਕੋਈ ਆਈ ਮਿਲਿਆ ਤਾਂ ਉਹ ਕਾਰਵਾਈ ਕੀਤੀ ਜਾਊ।